हाँ जी जरा लाइट शो हों उ हरेक 15 मिनट बाद पर अज नहीं हो रहा वह 7:45 से शायद नहीं सॉरी वाटर शो वाटर लाइट लाइट शो दोनों चीज़ा होंगे ने पर अज इतने ना फाउंटेन शो हो रहा होना गा जो किराह बने हुए उत्तर किसी ने भी खड़ने नहीं देंगे बस कहते चलो 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 चल चल के तुम देखो ना कि भीड़ इकट्ठी होगी उरे सारी भीड़ इकट्ठी होगी तो मैं हरजीत तो मनिंदर भी वेट कर रहे हैं कि फाउंटेन शो हमारा की है ना पता नहीं है लाइट शो बारे तो मतलब पता भी चल लाइट लुइट का कुछ होगा तो ये नहीं पता तैन की लगता की होगा मेरे अकॉर्डिंग जितना कि मैंने नॉलेज के जो फाउंटेन शो आ म्यूजिक के उत्ते बीट के उत्ते मूवमेंट कर देंगे फाउंटेन जो होंगे बाकी मैं सेम है रिव्यू मेरा बा Bro, what are you talking about, man? फाउंडेशन शो नहीं फाउंटेन शो होता है
ਕਿੱਦਾਂ ਲੱਗ ਰਿਹਾ ਹਰਜੀਤ? ਬਹੁਤ ਵਧੀਆ, ਉੱਚੀ ਬੋਲਾ, ਇੰਜੋਏ ਕਰ ਰਹੇ ਆ ਪੂਰਾ ਮਾਹੌਲ। ਪੱਕੀ ਗੱਲ ਹੈ? ਹਾਂ, ਪੂਰਾ ਐਂਡ ਹੋਇਆ ਪਿਆ, ਪੂਰਾ ਐਂਡ। ਚਲੋ ਲਾਡੀ ਹੁਣਾਂ ਨੇ ਇਹ ਵਾਟਰ ਫਾਊਂਟੇਨ ਸ਼ੋਅ ਦੇਖਿਆ, ਵਿਚਾਰੇ ਥੋੜ੍ਹੇ ਜਿਹੇ ਪਿੱਛੇ ਰਹਿ ਗਏ ਸੀਗੇ, ਸੋ ਇਹਨਾਂ ਨੇ ਸੋਚਿਆ ਕਿ ਆਪਾਂ ਦੁਬਾਰਾ ਆਉਂਦੇ ਹਾਂ ਦੇਖਣ ਵਾਸਤੇ, ਅਤੇ ਹੁਣੇ ਚੱਲੇ ਨੇ ਅੰਦਰ। ਅਤੇ ਕਿਉਂਕਿ ਉੱਥੇ ਤੁਸੀਂ ਦੇਖਣ ਵਾਸਤੇ ਬਾਰ ਬਾਰ ਨਹੀਂ ਖੜ੍ਹੇ ਹੋ ਸਕਦੇ, ਤੁਹਾਨੂੰ ਫਿਰ ਘੁੰਮ ਕੇ ਆਉਣਾ ਪੈਂਦਾ, ਸੋ ਇਸ ਕਰਕੇ ਹੁਣੇ ਅੰਦਰ ਆ ਗਏ ਨੇ ਦੁਬਈ ਮੋਲ ਦੇ, ਅਤੇ ਮਾੜਾ ਜਿਹਾ ਘੁੰਮ ਰਹੇ ਨੇ, ਅਤੇ ਚਲੋ ਤੁਸੀਂ ਦੇਖੋ। ਬਹੁਤ ਤਕੜਾ ਸੀ ਕਹਿੰਦੇ ਕਿ ਫੁੱਟ ਇੱਥੇ ਫੋਟੋ ਖਿੱਚਾ ਸਕਦੇ ਹਾਂ, ਬਹੁਤ ਵਧੀਆ। ਚਲੀ ਸ਼ੇਖ ਵਾਲੇ ਕੱਪੜੇ ਦੇਖਣ ਚੱਲਦੇ, ਚੱਲੀਏ ਜੀ ਜਿਹਦਾ ਸਮਝ ਲਾਡੀ ਨੂੰ ਦਵਾ ਦੇਣਾ ਜਿਹਨੂੰ ਪਸੰਦ ਆ ਗਿਆ। ਰੇਟ ਪੁੱਛਦੇ ਸ਼ੇਖ ਵਾਲੇ ਕੱਪੜਿਆਂ ਦਾ, ਵੇਟਿੰਗ 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 ਇੱਧਰ ਕਰ, ਇੱਧਰ ਘੁੰਮਾ ਲਿਓ ਪਿੱਛੇ ਪਿੱਛੇ। ਮੈਂ ਨਾ ਇਹਨੂੰ ਤਾਂ ਦੇਖ ਕੇ ਵਗ ਜਾਊ, ਸਾਡੇ ਪਿੰਡ ਦਰਜੀ ਆਇਆ ਉੱਥੇ ਤੋਂ ਹੀ ਵਧੀਆ ਸਿਉਂਦੂਗਾ। ਸਰ ਹਾਊ ਮਚ? 132 ਡਿਫਰੈਂਟ ਕਲਰ ਯੂ ਹੈਵ? ਵਿੱਚ ਕੈ 168 200 ਦਾ ਹੈ, ਮੈਂ ਕਹਿੰਦਾ ਤੁਸੀਂ ਤਾਂ ਕਦਰ ਚੀਜ਼ ਦੇ 200 2000 4000 ਰੁਪਇਆ ਉਹਦੇ ਵਾਸਤੇ, ਸਾਡੇ ਪਿੰਡ ਦਾ ਰਜੀਤ 1000 ਰੁਪਏ ਦਾ ਸਿਉਂਕੇ ਦੇ ਦੇ ਇਹਨੂੰ ਘੈਂਟ ਵਾਲਾ। ਅੱਛਾ ਜੀ, ਹਰਜੀਤ ਗੋਲਡ ਲੈ ਰਿਹਾ ਹੈਗਾ, ਗੋਲਡ ਲੈ ਰਿਹਾ। ਕਿੰਨੇ ਦਾ? 24,000। ਆ ਚੱਲੀਏ ਫਿਰ ਬਾਹਰ, ਗੋਲਡ ਵਾਲੀ ਮਾਰਕੀਟ ਦਾ ਜਾਵਾਂਗੇ। ਬਹੁਤ ਜ਼ਿਆਦਾ ਭੀੜ ਹੈ, ਕਿਤੇ ਬੈਠਣ ਨੂੰ ਥਾਂ ਨਹੀਂ ਮਿਲ ਰਹੀ, ਇਸ ਕਰਕੇ ਨਾ ਅਸੀਂ ਵੈਜੀਟੇਬਲ ਪਲੇਟ ਲੈ ਰਹੇ ਹਾਂ ਤਾਂ ਕਿ ਅਸੀਂ ਇੱਥੇ ਬੈਠ ਕੇ ਖਾ ਸਕੀਏ, ਬੈਠਣ ਲਈ ਖਾ ਰਹੇ ਹਾਂ ਉਹਦੇ ਵਾਸਤੇ। ਅਸੀਂ ਸ਼ੋਅ ਦੇਖਣਾ ਫਾਊਂਟੇਨ ਸ਼ੋਅ, ਅਸੀਂ ਬਹੁਤ ਵਾਰ ਟਰਾਈ ਕਰ ਚੁੱਕੇ ਪਰ ਨਾ ਮੂਹਰੇ ਤੱਕ ਨਹੀਂ ਜਾ ਸਕੇ ਹੈਗੇ, ਬਹੁਤ ਜ਼ਿਆਦਾ ਭੀੜ ਹੈ, ਰਸ਼ ਬਹੁਤ ਬਹੁਤ ਜ਼ਿਆਦਾ, ਸਾਰੀਆਂ ਕੰਟਰੀਆਂ ਇੱਥੇ ਆਏ ਹੋਏ ਨੇ ਲੋਕ।
ਹਾਂ ਹੈ ਇਹ ਇੱਕ ਜਿਹੜੇ ਸਕਿਉਰਟੀ ਦੇ ਖੜੇ ਨਾ ਜਿਨ੍ਹਾਂ ਨੇ ਪਹਿਲਾਂ ਦੇਖ ਲਿਆ ਉਹਨਾਂ ਨੂੰ ਐਗਜ਼ਿਟ ਦੇ ਕੇ ਨਾ ਉੱਪਰ ਦੀ ਦਿੰਦੇ ਨੇ ਐਨੇ 'ਚੋਂ ਦੂਜੇ ਆ ਜਾਂਦੇ ਨੇ ਤਾਂ ਕਰਕੇ ਵਾਰੀ ਨਹੀਂ ਆਉਂਦੀ